कोरोना वायरस महामारी होने के बावजूद सिखां दे तीजे गुरु श्री गुरु अमरदास जी का प्रकाश दिहाड़ा अज बड़ी श्रद्धा ते उलास दे नाल मनाया गया। अज सवेर तो ही श्रद्धालुओं ने सचखंड श्री हरिमंदर साहब विखे पहुँच के गुरु घर दर्शन किए ते स्नान करके गुरु घर विच मत्था टेक के आशीर्वाद प्राप्त किया। इस मौके पहुंचे श्रद्धालुओं ने कोरोना वायरस वर्गी महामारी से निजात पाउण लई अते किसानां दी जित लई अरदास कीती। ਮੇਰਾ ਨਾਮ ਪੰਜਾਬ ਸਿੰਘ ਜੀ। ਹਾਂਜੀ ਪੰਜਾਬ ਸਿੰਘ ਜੀ, ਅੱਜ ਗੁਰੂ ਤੀਜੇ ਪਾਤਸ਼ਾਹ ਦਾ ਜਨਮ ਦਿਹਾੜਾ ਜੀ ਪ੍ਰਕਾਸ਼। ਹਾਂਜੀ, ਗੁਰੂ ਅਮਰਦਾਸ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਜੀ, ਗੁਰਪੁਰਬ ਆ, ਉਹਦੀ ਲੱਖ ਲੱਖ ਵਧਾਈ ਹੋਵੇ ਸਮੂਹ ਸੰਗਤ ਨੂੰ। ਬਾਕੀ ਜਿਹੜਾ ਕਰੋਨਾ ਦਾ ਮਹਾਂਮਾਰੀ ਦਾ ਜ਼ੋਰ ਚੱਲ ਰਿਹਾ ਹੈ, ਉਹਦੇ ਬਾਰੇ ਵੀ ਅਰਦਾਸ ਕੀਤੀ ਗਈ ਆ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਦਿਹਾੜੇ 'ਤੇ, ਕਿ ਦੁਨੀਆ 'ਤੇ ਜੋ ਵੀ ਬਿਮਾਰੀ ਆ ਕਿ ਉਹਦੀ ਅਰਦਾਸ ਕੀਤੀ ਗਈ ਆ ਕਿ ਬਿਮਾਰੀ ਤੋਂ ਛੇਤੀ ਮੁਕਤੀ ਦੁਨੀਆ ਪਾਈ ਜਾਵੇ। ਬਾਕੀ ਅੱਜ ਦੇ ਦਿਨ, ਕੱਲ੍ਹ ਦੇ ਦਿਨ ਵਿੱਚ ਕਿਸਾਨਾਂ ਨੇ ਜਿਹੜਾ ਆਪਣਾ ਧਰਨਾ ਰੱਖਿਆ ਸੀ, ਉਹਨਾਂ ਦੀ ਵੀ ਅਰਦਾਸ ਕੀਤੀ ਗਈ ਆ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜੇ 'ਤੇ, ਗੁਰਪੁਰਬ ਦਿਹਾੜੇ 'ਤੇ। ਬਾਕੀ ਉਹਨਾਂ ਦੇ ਵੀ 6 ਮਹੀਨੇ ਕੱਲ੍ਹ ਪੂਰੇ ਹੋ ਜਾਣੇ ਆ, ਉਹਨਾਂ ਨੂੰ ਵੀ ਲੱਖ ਲੱਖ ਵਧਾਈ ਹੋਵੇ। ਉਹਨਾਂ ਦਾ ਵੀ ਜੋ ਵੀ ਉਹਨਾਂ ਮੰਗਾਂ ਰੱਖੀਆਂ, ਉਹਨਾਂ ਦੀਆਂ ਮੰਗਾਂ ਪ੍ਰਵਾਨ ਕੀਤੀਆਂ ਜਾਣ। ਇਸੇ ਗੱਲ ਦੇ ਨਾਲ ਹੀ ਚਲੋ, ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਪਣੀ ਸ਼੍ਰੋਮਣੀ ਕਮੇਟੀ ਦਾ ਵੀ, ਆਪਣੇ ਸਮੂਹ ਜਿੰਨੀ ਸੰਗਤ ਆ ਨਗਰਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ, ਉਹਨਾਂ ਦਾ ਵੀ ਬਹੁਤ ਧੰਨਵਾਦ ਮੈਂ ਕਰਦਾ ਕਿ ਚਲੋ ਆਪਣੇ ਭੈਣ ਭਰਾ ਰਲ ਮਿਲ ਕੇ ਆਪਣੇ ਗੁਰੂ ਅਮਰਦਾਸ ਜੀ ਦਾ ਬੜੇ ਧੂਮ ਧਾਮ ਨਾਲ ਗੁਰਪੁਰਬ ਮਨਾ ਰਹੇ ਨੇ। ਬਾਕੀ ਸ਼੍ਰੋਮਣੀ ਕਮੇਟੀ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਆਪਣੇ ਪ੍ਰਬੰਧ ਕੀਤੇ ਹੋਏ ਨੇ, ਕੋਈ ਮੁਸ਼ਕਲ ਨਹੀਂ ਆਏਗੀ ਸੰਗਤ ਨੂੰ ਰਹਿਣ ਵਾਸਤੇ। ਆਪਣਾ ਸਰਾਵਾਂ ਦੇ ਵਿੱਚ ਕਮਰੇ ਵੀ ਬਹੁਤ ਵਧੀਆ ਸੈਨਾਟਾਈਜ਼ ਕੀਤੇ ਗਏ ਨੇ, ਕੋਈ ਬਹੁਤ ਵਧੀਆ ਕੱਪੜੇ ਵਿਛਾਏ ਗਏ ਨੇ, ਕੋਈ ਉਹਨਾਂ ਨੂੰ ਕੋਈ ਦਰਿਕਤ ਨਹੀਂ ਜਾਂ ਕੋਈ ਮੁਸ਼ਕਲ ਨਹੀਂ ਆਏਗੀ। ਖੁੱਲ੍ਹੇ ਮਨ ਨਾਲ ਆਪਣੇ ਗੁਰੂ ਦੇ ਨਾਲ ਆਣ ਕੇ ਆਪਣੀ ਸਾਂਝ ਸਾਂਝੀ ਕਰੋ। ਗੁਰੂ ਦੇ ਲੱਖ ਲੱਖ ਨਗਰ ਕੀਰਤਨ ਦੇ ਨਾਲ ਜਾਂ ਸਮੂਹ ਸੰਗਤ ਦੇ ਨਾਲ ਮਿਲ ਜੁਲ ਕੇ ਵੱਧ ਤੋਂ ਵੱਧ ਗੁਰੂ ਮਹਾਰਾਜ ਦਾ ਗੁਰਪੁਰਬ ਦਿਹਾੜਾ ਮਨਾਇਆ ਜਾਵੇ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਹਾਂਜੀ ਭਾਜੀ, ਮੇਰਾ ਨਾਮ ਹਰਭਗਤ ਸਿੰਘ ਆ। ਮੈਂ ਹਾਂਜੀ ਮੈਂ ਇਹ ਕਹਿਣਾ ਚਾਹਾਂਗਾ ਜੀ, ਅੱਜ ਗੁਰੂ ਧੰਨ ਧੰਨ ਗੁਰੂ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਜਨਮ ਦਿਨ ਆ, ਅਤੇ ਮੈਂ ਸਾਰੇ ਦੇਸ਼ ਵਿਦੇਸ਼ ਦੀਆਂ ਜਿਹੜੀਆਂ ਸੰਗਤਾਂ ਉਹਨਾਂ ਨੂੰ ਇਸ ਸ਼ੁਭ ਦਿਹਾੜੇ 'ਤੇ ਵਧਾਈ ਦੇਣਾ ਚਾਹਾਂਗਾ ਕਿ ਗੁਰੂ ਅਮਰਦਾਸ ਜੀ ਸਾਰਿਆਂ 'ਤੇ ਕਿਰਪਾ ਕਰਨ, ਆਪਣੀ ਮਿਹਰ ਬਣਾਈ ਰੱਖਣ। ਦੂਸਰੀ ਮੇਰੇ ਮਨ ਦੀ ਭਾਵਨਾ ਵਾ ਕਿ ਜੋ ਕਰੋਨਾ ਦਾ ਸੰਕਟ ਇਸ ਸਮੇਂ ਪੂਰੇ ਸੰਸਾਰ ਦੇ ਚੱਲ ਰਿਹਾ ਵਾ, ਉਹਦੇ ਵਾਸਤੇ ਅੱਜ ਗੁਰੂ ਮਹਾਰਾਜ ਨੇ ਅਰਦਾਸ ਕੀਤੀ ਆ ਕਿ ਸਾਰੀ ਦੁਨੀਆ ਦੇ ਵਿੱਚ ਦੇਸ਼ ਵਿਦੇਸ਼ ਦੇ ਜੋ ਵੀ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਨੇ, ਗੁਰੂ ਮਹਾਰਾਜ ਸਾਰੇ ਪਾਸੇ ਜਿਹੜੀ ਆ ਠੰਡ ਵਰਤਾਉਣ, ਔਰ ਲੋਕਾਂ ਜਿਹੜਾ ਸਾਰੀ ਲੁਕਾਈ ਜਿਹੜੀ ਉਹਦਾ ਭਰਾ ਹੋਵੇ, ਅਤੇ ਲੋਕ ਇਸ ਜਿਹੜੇ ਕਰੋਨਾ ਦੇ ਸੰਕਟ ਦੇ ਵਿੱਚੋਂ ਮੁਕਤ ਹੋ ਸਕਣ। ਦੂਸਰੀ ਗੱਲ ਮੈਂ ਕਰਨੀ ਚਾਹਾਂਗਾ, ਜੋ ਸਾਡੇ ਕਿਸਾਨ ਭਰਾ ਸਾਡੇ ਦੇਸ਼ ਦੇ ਕਿਸਾਨ ਨੇ, ਉਹਨਾਂ ਨੂੰ ਕੱਲ੍ਹ ਨੂੰ 6 ਮਹੀਨੇ ਹੋ ਜਾਣੇ ਨੇ ਉਹ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ। ਜੋ 3 ਕਾਲੇ ਕਾਨੂੰਨ ਜਿਹੜਾ ਉਹ ਕੇਂਦਰ ਦੀ ਸਰਕਾਰ ਨੇ ਬਣਾਏ ਨੇ, ਉਹਨੂੰ ਵਾਪਸ ਕਰਵਾਉਣ ਵਾਸਤੇ ਉਹ ਆਪਣਾ ਸੰਘਰਸ਼ ਕਰ ਰਹੇ ਨੇ, ਉਹਦੀ ਕਾਮਯਾਬੀ ਵਾਸਤੇ ਅਸੀਂ ਅਰਦਾਸ ਕੀਤੀ ਆ ਕਿ ਹੇ ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਜੀ, ਜਿਹੜੇ ਸਾਡੇ ਦੇਸ਼ ਦੇ ਕਿਸਾਨ ਨੇ ਉਹ ਉੱਥੋਂ ਸਫਲ ਹੋ ਕੇ ਆਪਣੀ ਜਿੱਤ ਪ੍ਰਾਪਤ ਕਰਕੇ ਜਿਹੜਾ ਵਾ ਆਪਣੇ ਘਰਾਂ ਵਿੱਚ ਵਾਪਸ ਆਉਣ, ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਆਉਣ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਕੀ ਨਾਮ ਹੈ ਤੁਹਾਡਾ ਜੀ? ਸੁਰਿੰਦਰਪਾਲ ਸਿੰਘ। ਸੁਰਿੰਦਰਪਾਲ ਜੀ, ਅੱਜ ਪ੍ਰਕਾਸ਼ ਦਿਵਸ ਹੈਗਾ, ਤੀਜੇ ਪਾਤਸ਼ਾਹੀ ਦਾ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤੇ ਗੁਰੂ ਨਾਨਕ ਨਾਮ ਲੇਵਾ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਅਵਤਾਰ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿਆਂਗਾ, ਅਤੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਕੀਤੀਆਂ ਹਨ ਕਿ ਜੋ ਕੋਵਿਡ-19 ਦੇ ਵਿੱਚ ਇਤਨਾ ਬਿਮਾਰੀ ਫੈਲੀ ਹੋਈ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ ਅਤੇ ਇਸ ਕੋਵਿਡ-19 ਤੋਂ ਬਚਾਓ ਕਰਨ। ਕਿਸਾਨ ਅੰਦੋਲਨ ਨੂੰ ਵੀ ਕੱਲ੍ਹ ਨੂੰ 6 ਮਹੀਨੇ ਹੋ ਜਾਣੇ ਹਨ, ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਸਮਤ ਬਖਸ਼ਣ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰਕੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ।